ਉਹ ਤੁਹਾਨੂੰ ਐਂ ਐਂ ਉਹਨਾਂ ਦਾ ਖੇਡ ਕੋ ਬਸ ਉਹ ਮੰਗਤੇ ਉਹ ਜਿਹਨੂੰ ਜਿਹਨੇ ਭੇਜੇ ਆ ਉਹਨੂੰ ਫਿਕਰ ਹੀ ਨਹੀਂ, ਜਿਹਦੇ ਕੋਲ ਰਹੇ ਨੇ ਉਹਨੂੰ ਕੋਈ ਫਿਕਰ ਨਹੀਂ, ਉਹਨੂੰ ਲਾਜ ਨਹੀਂ ਸ਼ਰਮ ਨਹੀਂ ਆਉਂਦੀ, ਉਹਨੂੰ ਸ਼ਰਮ ਨਹੀਂ ਹੈ। ਅਸੀਂ ਇੱਥੇ ਹੀ ਖੜੇ ਹਾਂ, ਪਤਾ ਨਹੀਂ ਸੰਤਾਂ ਨੂੰ ਪਤਾ ਨਹੀਂ ਹੋਣਾ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ, ਆਹ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾਂ ਜੁਗੰਤਰ। ਕਮਾਲ ਹੈ, ਕੀ ਬਣੋ? ਉਹਦਾ ਰੂਪ ਬਣ ਜਾਓ। ਬਾਬਾ ਜੀ ਨੇ ਇੱਕ ਪ੍ਰਮਾਣ ਦਿੱਤਾ ਸੀ, ਗੁਰੂ ਨਾਨਕ ਸਾਹਿਬ ਜੀ ਨੇ ਖੁਦ, ਕਿਉਂਕਿ ਦੇਰ ਹੁਣ ਕਿਹੜਾ ਅੱਜ ਦੇ ਆ ਆਨੰਦ ਵਰਤਦੇ ਨੇ। ਮੈਂ ਬੋਲਿਆ ਸੀ 66 ਸਾਲ ਹੋ ਗਏ 67, ਗੱਜ ਕੇ ਬੋਲੋ, ਇੰਨਾ ਚਿਰ ਬੋਲਣਾ, ਇੰਨੇ ਸਮੇਂ ਲੰਘੇ, ਕਿਸੇ ਮਹਾਤਮਾ ਨੇ ਨਹੀਂ ਇਤਨਾ ਇੰਨਾ ਲੰਮਾ ਸਮਾਂ, ਆ ਭਲਵਾਨੀ ਇੰਨੀ ਨਹੀਂ ਚੱਲੀ, ਸਭ ਪਤਾ ਸਾਨੂੰ। ਇੰਨਾ ਸਮੇਂ 'ਚ ਕਈ ਦਫ਼ਾ ਉਹ ਜੀ ਕੈਸਟ ਤੁਹਾਡੀ ਫਲਾਣੇ ਥਾਂ ਪਈ ਹੈ ਜੀ, 20 ਪਈਆਂ ਨੇ ਉੱਥੇ, 40 ਪਈਆਂ ਨੇ, ਮੈਂ ਕਿਹਾ ਸੰਸਾਰੇ ਪਏ ਹੈ ਮੇਰੇ ਕੋਲ ਤਾਂ ਬਸ, ਇੱਥੇ ਇਹ ਖਜ਼ਾਨਾ ਕਿਤੇ ਮੁੱਕਣ ਵਾਲਾ ਹੈ? ਅੱਜ ਦੇ ਕੀਰਤਨ ਕਰਦੇ ਹਾਂ, ਬਚਨ ਆਇਆ ਸੀ ਆਨ ਮੇਰੇ, ਚਲੋ ਫਿਰ ਸੀ ਖਬਰ ਹੈ, ਕਿਉਂ ਭੁਲਾਉਣੀ ਦਿੱਤੀ ਹੈ, ਕਿਉਂ ਭੁਲਾਉਣੀ ਦਿੱਤੀ ਹੈ? ਆਪ ਭੁਲਾ ਕੇ ਪ੍ਰਭ ਆਪ ਭੁਲਾਇਆ, ਤੂੰ ਆਪੇ ਹੀ ਭੁੱਲ ਗਿਆ ਕਿ ਰੱਬ ਨੇ ਭੁਲਾਇਆ, ਇਹ ਵੀ ਦੱਸ ਦੇ ਤੂੰ। ਆਪ ਭੁਲਾ ਕਿ ਪ੍ਰਭ ਆਪ ਭੁਲਾਇਆ, ਕੈਸਾ ਪਾਠ, ਵਿਸਰਾਮ ਵੀ ਦਿਓ, ਤੂੰ ਆਪੇ ਹੀ ਭੁੱਲਿਆ ਫਿਰਦਾ ਹੁਣ ਕਿ ਵਾਹਿਗੁਰੂ ਨੇ ਤੈਨੂੰ ਭੁਲਾਇਆ ਹੈ, ਕਿਹੜੀ ਭੁੱਲ ਪਈ ਵੀ ਹੈ ਤੇਰੇ 'ਤੇ? ਸਤਿਗੁਰ ਐਸੀ ਭੁੱਲਤੇ ਮੈਂ ਜਾਣਿਓ ਜਗ ਸਤ, ਇਹ ਵੇਦਾਂਤ ਦੀ ਵਸਤੂ ਮੈਂ ਜ਼ਿਆਦਾ ਨਹੀਂ ਬੋਲਣੀ, ਤੋ ਮੈਂ ਤਾਂ ਭਰਮ 'ਚ ਆ ਕੇ ਕਹਿ ਦਿੱਤਾ ਸੀ ਵੀ ਆਹ ਜਗ ਸੱਚਾ ਹੈ, ਕੋਈ ਰੱਬ ਰੁੱਬ ਨਹੀਂ ਹੈ, ਇੰਨੀ ਭੁੱਲ ਪਈ ਵੀ ਸੀ, ਨਾਸਤਕ ਬਣਿਆ ਪਿਆ ਸੀ। ਅਗਿਆਨ ਭੁੱਲ, ਤੀਜੀ ਮਾਇਆ ਅਗਿਆਨ ਹੈ, ਭੁੱਲ ਹੈ ਜਿਹੜੀ, ਭੁੱਲ ਪੈ ਜਾਂਦੀ ਹੈ ਜੀਵ 'ਤੇ, ਬਸ ਉਹ ਰੱਬ ਨੂੰ ਭੁਲਾ ਦਿੰਦੀ ਹੈ। ਗੱਜ ਕੇ ਬੋਲੋ, ਬਾਬਾ ਇੱਕ, ਬਾਬਾ ਅਕਾਲ ਰੂਪ, ਇੱਕ ਰਬਾਬ 'ਤੇ ਚੱਲਦਾ ਸੀ, ਰਬਾਬ ਕਿੱਥੋਂ ਲਿਆਂਦੀ, ਕਿੰਨੇ 'ਚ ਲਿਆਂਦੀ, ਇਹ ਮੇਰੀ ਕਥਾ, ਪਿੰਡ ਪਿੰਡ ਰਹਿੰਦੇ ਸੀ ਉਸ ਵੇਲੇ, ਮੈਂ ਕਥਾ ਮੇਰੇ ਯਾਦ ਹੈ ਇਹ, ਮੈਥੋਂ ਘੰਟਾ ਕੀਰਤਨ ਹੋ ਕੇ ਬਾਅਦ ਵਿੱਚ ਪਿੰਡ ਇਨ ਸਕੂਲ ਲਾਈਫ ਵਿੱਚ, ਸਕੂਲ ਨਾ ਜਾਣਾ ਵੀ ਮਨਜ਼ੂਰ ਕਹਿ ਦੇਣਾ, ਆਪ ਪੜ੍ਹੀ ਜਾਣਗੇ, ਦੇਖੀ ਜਾਊਗੀ, ਰੱਖ ਦਿਓ ਕਿਤਾਬਾਂ, ਜਿਹਨੇ ਭੇਜਿਆ ਉਹਨੂੰ ਲੋੜ ਫਿਕਰ ਹੋਊਗਾ। ਉਸ ਵੇਲੇ ਦੀ ਇਹ ਕਥਾ ਮੇਰੇ ਯਾਦ ਹੈ, ਕਿੰਨਾ ਸਮਾਂ ਲੰਘ ਗਿਆ। ਰਬਾਬ ਦਾ ਲਿਆਉਣਾ ਕਈ ਦਿਨ ਚਾਹੀ ਸੀ, 20 ਰੁਪਏ ਚਾਹੀ ਸੀ,
20 ਰੁਪਏ ਕੋ ਮਹਿਨਾ ਰਖਾਉਂਦੇ ਸੀ ਉਸ ਵੇਲੇ। ਇਹ ਕਦੋਂ ਦੀ ਹੈ? ਜਦੋਂ ਇੱਕ ਨਿਰੰਗ ਆਏ, ਕਹਿੰਦਾ ਮਹਾਰਾਜ ਕਹਿੰਦੇ ਬਜਾ, ਪਹਿਲਾਂ ਕੋਈ ਜਥਾ ਆਇਆ ਹੋਇਆ ਸੀ, ਉਹਨਾਂ ਤੋਂ ਮੰਗਾਈ, ਗੁਰੂ ਨਾਨਕ ਸਾਹਿਬ ਨੇ ਰਬਾਬ ਜਥਾ ਨਾਲ ਸੀ, ਰਬਾਬੀ ਜਥਾ ਇੱਕ, ਉਹ ਕਹਿੰਦੇ ਲੈ, ਇਹ ਮਰਾਸੀਆਂ ਨੂੰ ਕੀ ਪਤਾ, ਮਰਦਾਨੇ ਕਿਆ ਨੂੰ, ਲੈ ਇਹਨਾਂ ਨੂੰ ਵਜਾਉਣ ਦਾ ਬੜਾ ਪਤਾ, ਤੁਸੀਂ ਤਾਂ ਬਸੁਰ ਹੀ ਕਰ ਦੇਗਾ ਵਜਾਉਣਾ, ਮਰਦੰਗੇ ਸਹੀ ਆਵਾਜ਼ਾਂ ਸੀ, ਅਣਜਾਣ ਅਣਜਾਣ ਸਮਝਦੇ ਨੇ, ਤਿੰਨ ਲੋਕ ਦੇ ਮਾਲਕ ਨੂੰ ਅਣਜਾਣ, ਲੈ ਤੁਹਾਨੂੰ ਕੀ ਪਤਾ ਹੈ। ਉਹਨਾਂ ਨੇ ਜਵਾਬ ਦੇ ਦਿੱਤਾ, ਮਹਾਰਾਜ ਨੇ ਫਿਰ ਕਿਹਾ ਸੀ ਚੰਗਾ ਹੁਣ ਰਬਾਬ ਲਿਆ, ਕਿੱਥੇ ਹੈ ਰਬਾਬ ਪਈ, ਉੱਥੇ ਐਨ ਮੰਗਾਏ, ਜਾਂ ਵੱਜੀ ਸੀ ਮਰਦਾਨਿਆਂ ਰੱਖ ਹੱਥ, ਕਹਿੰਦਾ ਮਹਾਰਾਜ ਮੇਰੇ ਪਿਓ ਨੇ ਨਾ ਬਾਬੇ ਨੇ ਨਾ ਦਾਦੇ ਨੇ ਇਹ ਕਦੇ ਇਹਦੇ ਇਹ ਸੁਰ 'ਤੇ ਹੱਥ ਰੱਖਿਆ ਹੀ ਨਹੀਂ, ਕਦੇ ਤਾਰ 'ਤੇ ਹੀ ਨਹੀਂ ਹੱਥ ਰੱਖਿਆ। ਗੁਰੂ ਮਹਾਰਾਜ ਕਹਿੰਦੇ ਤੈਨੂੰ ਅੱਜ ਦਾ ਨਹੀਂ ਇਹ ਗੁਣ ਦਿੱਤਾ, ਧਿਆਨ ਰੱਖਿਓ, ਤੈਨੂੰ ਅੱਜ ਦਾ ਨਹੀਂ ਗੁਣ ਦਿੱਤਾ, ਤੈਨੂੰ ਸਤਿਯੁਗ ਦੇ ਵਿੱਚ ਅਸੀਂ ਸਾਡਾ ਹਜ਼ੂਰੀਆ ਸੀ ਜਦੋਂ ਅਸੀਂ ਮਹਾਰਾਜਾ ਜਨਕ ਬਣ ਕੇ ਆਏ ਸੀ, ਤੂੰ ਸਾਡੇ ਦਰਬਾਰ ਦਾ ਰਾਜ ਦਰਬਾਰ ਦਾ ਨਾ ਬ੍ਰਹਮ ਗਿਆਨੀ ਹੋਵੇ ਰਾਜਾ ਜਨਕ, ਸਾਡੇ ਦਰਬਾਰ ਦਾ ਤੂੰ ਰਬਾਬੀ ਸੀ ਉਸ ਵੇਲੇ, ਤੈਨੂੰ ਸਤਿਯੁਗ ਦੇ ਲਈ ਆਉਂਦਿਆਂ ਸੀ ਨਾਲ, ਇੱਕ ਤੂੰ ਹੀ। ਉੱਥੋਂ ਆਵਾਜ਼ ਕੀ ਆਈ ਸੀ ਜਦ ਰੱਖਿਆ ਹੱਥ, ਇੱਕ ਤੂੰ ਹੀ। ਵਾਹ 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 ਵਾਹ, ਸਾਰੇ ਪੜ੍ਹੇ ਲੋ, ਇੱਕ ਤੂੰ ਹੀ ਨਿਰੰਕਾਰ, ਇੱਕ ਤੂੰ ਹੀ ਨਿਰੰਕਾਰ, ਇੱਕ ਤੂੰ ਹੀ ਤੂੰ ਹੀ ਤੂੰ ਹੀ, ਇੱਕ ਤੂੰ ਹੀ ਤੂੰ ਹੀ ਤੂੰ ਹੀ, ਇੱਕ ਤੂੰ ਹੀ ਨਿਰੰਕਾਰ, ਇੱਕ ਤੂੰ ਹੀ ਨਿਰੰਕਾਰ, ਇੱਕ ਤੂੰ ਹੀ ਤੂੰ ਹੀ ਤੂੰ ਹੀ, ਇੱਕ ਤੂੰ ਹੀ। ਵਾਹ ਵਾਹ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੀਜਾ ਗੁਰੂ ਮਹਾਰਾਜਿਆਂ ਨੇ। ਆਸਣ ਤਾਂ ਸ਼ਾਮ ਦਾ ਲੱਗਿਆ ਸੀ, ਪਹਿਲੀ ਰਾਤ 3 ਘੰਟੇ ਇੱਕ ਸਾਧੂ ਮਹਾਂਪੁਰਸ਼ ਤੋਂ ਮਿਲੀ ਰਾਤ, ਮਹਾਰਾਜ ਆਪਣੇ ਕਹਿੰਦੇ ਪਹਿਲੀ ਰਾਤੀ ਹਰ ਕੋਈ ਜਾਗੇ
ਸੂਰਜ ਛਿਪਣ ਤੋਂ 3 ਘੰਟੇ ਬਾਅਦ ਲਾ ਲਓ, 3 ਘੰਟੇ ਸਾਰੇ ਜਾਗਦੇ ਨੇ, ਪਰ ਜਿੱਥੇ ਜਾਗਣਾ ਉੱਥੇ ਨਹੀਂ ਜਾਗਦੇ, ਰਹਿਰਾਸ ਜਾਪਤਾ ਪੂਰਾ ਕਰਦੇ ਹਾਂ, ਰਹਿਰਾਸ ਛੇਤੀ ਛੇਤੀ ਕਰ ਲਓ ਕਿਹਾ ਹੈ। ਕਿਆ ਕਮਾਲ ਸੀ ਉੱਥੇ, ਪਹਿਲੀ ਰਾਤੀ ਹਰ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ ਚੋਰ, ਚੌਥੇ ਪੈਰੇ ਜੋਗੀ। ਜੋਗੀ ਲੋਕਾਂ ਦੇ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਕੋਈ ਪੱਗਾਂ ਵਾਲੇ ਕੋਈ ਕਰਮਾਂ ਵਾਲੇ ਜਾਗਦੇ, ਕੋਈ ਸਿੱਧਾ ਬਜਾ ਕਵਾਲੀ ਨਾ ਬਜਾ, ਕਰਮਾਂ ਵਾਲੇ ਜਾਗਦੇ ਕੋਈ ਪੱਗਾਂ ਵਾਲੇ ਜਾਗਦੇ, ਵੇਲੇ ਜਾਗਦੇ ਅੰਮ੍ਰਿਤ ਵੇਲੇ ਜਾਗਦੇ, ਮੇਰੇ ਗੱਲ ਇੱਕ ਯਾਦ ਆਈ, ਉਹਦੇ ਨਾਲ ਦੀ ਗੱਲ ਮੈਂ ਥੋੜ੍ਹੀ ਸੀ ਬੋਲਦਾ। ਅੰਮ੍ਰਿਤ ਵੇਲੇ ਦੀ ਗੱਲ, ਭਾਗਾਂ ਵਾਲੇ ਸਾਂਭਦੇ ਨੇ, ਭਾਗਾਂ ਵਾਲੇ ਸਾਂਭਦੇ ਨੇ ਵੇਲੇ ਨੂੰ, ਵੱਡੇ ਭਾਗਾਂ ਵਾਲੇ ਵੀ ਕਹਿੰਦੇ। ਪਰ ਇੱਕ ਗੱਲ ਮੈਂ ਤੋਲਣਾ ਦਿੰਦਾ ਉਹਨਾਂ, ਇਹ ਦੁਕਾਨਦਾਰ ਲੋਕ ਜਿੰਨੇ ਪਏ ਨੇ ਜੀ, ਕਈਆਂ ਤਾਈਂ ਕੰਮ ਪੈ ਜਾਂਦਾ ਸਾਨੂੰ ਵੀ, ਇਹ ਬੜਾ ਗ੍ਰਸਤ ਹੈ। ਉਹ ਤਾਂ ਜੀ ਅਜੇ ਸੁੱਤੇ ਪਏ ਨੇ, ਸ਼ਾਹੂਕਾਰ ਦੁਕਾਨਾਂ ਵਾਲੇ ਦੁਕਾਨਦਾਰ ਲੋਕ, ਸਮਝ ਗਏ, ਹੋਊ ਕੋਈ ਜਾਗਦਾ ਨਹੀਂ। 10 ਵਜੇ ਕਿਤੇ ਦੁਕਾਨਾਂ ਖੋਲਣਗੇ, 11 ਵਜੇ 10 ਵਜੇ ਗਿਆ। ਫਿਰ ਮੇਰੇ ਗੱਲ ਸੰਗਲਾਦੀਪ ਦੀ ਯਾਦ ਆ ਜਾਂਦੀ ਹੈ, ਦਸਤਗੀਰ ਪੀਰ, ਪੀਰ ਦੇ ਅਰਥ ਕੱਲ੍ਹ ਮੈਂ ਸੁਣਾਏ ਵੀ ਸੀ, ਉਹ ਬੱਚਾ ਬੈਠਾ ਡਿੰਪਲ ਰਾਜ ਘਰਾਣੇ ਦੇ, ਮਹਾਰਾਜਾ ਡਲ ਰਹੇ ਸਹਿ ਪਰਿਵਾਰ ਨਾਲ। ਮਹਾਰਾਜ ਇੱਕ ਦਫ਼ਾ ਕਹਿੰਦੇ, ਸੰਤ ਆਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਕਹਿੰਦੇ, ਐਂ ਤੇਜ਼ ਖਿੱਚ ਲਈ ਥੋੜ੍ਹੀ ਜਿਹੀ, ਇੰਨੀ 2 ਉਂਗਲ 2 ਜਾਂ 4 ਤੱਕ ਵੀ ਸੀ, ਚਲੋ। ਕਹਿੰਦੇ ਮਹਾਰਾਜਾ ਸਾਹਿਬ
ਮਹਾਰਾਜਾ ਮਹਿੰਦਰ ਸਿੰਘ ਜੀ ਦੇ ਪਿਤਾ ਜੀ ਨੂੰ ਕਹਿੰਦੇ ਨੇ, ਸ਼ਮਸ਼ੇਰ ਸਿੰਘ ਮਹਾਰਾਜਾ ਸੀ, ਕਹਿੰਦੇ ਆ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾਈਏ ਦੇ ਵਿੱਚ ਹੀ ਆ। ਉਹਨਾਂ ਦਾ ਬੋਲਣਾ ਪ੍ਰਥਾਏ ਹੈ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪ੍ਰਥਾਏ, ਕੋਈ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਤਿਲ ਜਿੰਨੀ ਵੀ ਤਮਾ ਨਹੀਂ ਜਿਨ੍ਹਾਂ ਨੂੰ ਹੈ, ਇੱਕ ਤਿਲ ਜਿੰਨੀ ਵੀ ਆਹ ਲੋੜ ਹੈ, ਆਹ ਤਮਾ, ਆਹ ਚਾਹੀਦਾ, ਆਹ ਲੋੜ ਹੈ, ਤਿਲ ਜਿੰਨੀ ਵੀ ਉਹਨਾਂ ਤਿਲ ਨਾ ਤਮਾਏ। ਸੁਨ ਮੁਨ ਪੁੱਛਿਆ ਫਿਰ ਕੇ ਦਸਤਗੀਰ ਨੇ, ਪਰ ਦੇਖ ਪੀਰ ਪਿਆ ਹੈਰਾਨਾ, ਇਹ ਕੌਣ ਹੈ? ਉਹਨੇ ਧਿਆਨ ਟਕਾਇਆ, ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਬੜਾ ਮਸਤਾਨਾ, ਮੇਰੇ ਉਸਤਾਦ ਵੀ ਗਿਆਨੀ ਪ੍ਰੀਤਮ ਸਿੰਘ ਅਤਾਰ ਨਾਲ ਪੜ੍ਹਦੇ ਹੁੰਦੇ, ਪਿਆਰ ਨਾਲ ਪੜ੍ਹ ਲਓ, ਯਾਦ ਇਹ ਕਰ ਲਓਗੇ ਕਿਤੇ ਫਕਰਾਂ ਨੂੰ, ਉਹ ਨਿਸ਼ਕਾਮ ਹੁੰਦੇ, ਸਾਨੂੰ ਆਨੰਦ ਕਾਰਜਾਂ 'ਤੇ ਲੈ ਜਾਣਾ ਜੇ, ਚਾਹੇ ਅਖੰਡ ਪਾਠ ਦੇ ਭੋਗ 'ਤੇ, ਸਹਿਜ 'ਤੇ, ਪੈਸਾ ਨਹੀਂ ਸੀ ਲੈਣ ਦਿੰਦੇ ਕਿਸੇ ਨੂੰ ਵੀ, ਨਾ ਲੈਂਦੇ, ਇੱਥੇ ਹੀ ਪਾ ਦਿਓ ਪਿੰਡ ਦੇ ਗੱਲੇ 'ਚ, ਇੱਥੇ ਹੀ ਕਿਤੇ ਜੇ ਲੋੜ ਹੋਈ ਉੱਥੇ ਲਿਆਇਓ, ਦੇ ਦਿਓ ਉੱਥੇ ਗੁਰਦੁਆਰੇ ਲਿਆ ਕੇ। ਸਾਨੂੰ ਇਹ ਹਦਾਇਤ ਸੀ, ਤੁਸੀਂ ਆਨੰਦ ਕਾਰਜ ਵਾਲੇ ਦਾ ਪਾਠ ਦਾ ਹੋਰ ਕੱਚੀ ਲੱਸੀ ਵੀ ਨਹੀਂ ਛਕਣੀ, ਭੋਜਨ ਤਾਂ ਭੋਜਨ, ਕੱਚੀ ਲੱਸੀ ਵੀ ਨਹੀਂ ਛਕਣੀ। ਅਸੀਂ ਫਿਰ ਹਾਰ ਕੇ ਕਈ ਦਫ਼ਾ ਲੜ ਪੀ ਪੈਣਾ, ਹੱਸਦੇ ਹੱਸਦੇ ਸੀ, ਗਿਆਨੀ ਜੀ ਅੱਕ ਆ ਚੱਕ ਲੈ ਬਾਬਾ ਆਪਦੇ ਚਿਮਟੇ, ਆ ਚੱਕ ਲੈ ਢੋਲਕਾਂ, ਕਿਉਂ ਹੁਣ ਸਕੂਲ ਨੂੰ ਜਾਣਾ, ਚਾਰ ਖੋਹ ਅਤੇ ਪੈਲ, ਇੱਧਰ ਜਰਗੜੀ ਫਿਰਦੇ ਹਾਂ, ਜਰਗ ਜਰਗੜੀ, ਕਦ ਜਾਵਾਂਗੇ ਉੱਥੇ, ਕਿੰਨੀ ਦੇਰ ਲੱਗੂਗੀ? ਫਿਰ ਘਰੋਂ ਜਾਣਗੀਆਂ ਦੋ ਦੋ ਪਕਾਈਆਂ ਹੋਈਆਂ ਮਧੂਕਰੀਆਂ, ਛਕਾਂਗੇ ਖਾਨੀ, ਟਾਈਮ ਮਿਲਣਾ ਖਾਨੀ ਨਹੀਂ ਮਿਲਣਾ। ਸੰਗਤੇ ਹੁਣ ਤਾਂ ਇਹਨਾਂ ਨੇ ਕੁਛ ਪਾਇਆ ਕਿ ਨਹੀਂ ਪਾਇਆ, ਇੱਕ ਤਾਂ ਤੜਕੀ ਤੁਰਨ ਲੱਗਿਆ ਸਾਡਾ ਕੰਨ ਪਾਠੀ, ਉਹ ਇਹ ਪੁੱਛੋ, ਥਾਣੇਦਾਰ ਸਾਹਿਬ ਵੀ ਖੜੇ ਸੀ, ਕਹਿੰਦਾ ਕੋਈ ਗੁਲਗਲੇ ਗਲਗਲੇ ਜੇ ਵੀ ਨਾ ਪਤੌੜ ਪਤੂੜ ਬਣਾਏ ਨੇ ਕਿ ਨਹੀਂ ਬਣਾਏ, ਉਹੀ ਛਕਾ ਦਿਓ, ਉਹ ਤੂੰ ਇੱਥੇ ਭੁੱਖਾ ਜਾਂਦਾ ਗੁਰਦੁਆਰੇ, ਉਹ ਗੁਰਦੁਆਰੇ ਭੁੱਖੇ ਹੀ ਰਹਿੰਦੇ ਨੇ। ਆ ਦੇਖੋ, ਕਹਿੰਦਾ ਪਕੌੜੇ ਛਕਾ ਦਿਓ, ਉਹ ਕਹਿੰਦੇ ਹਲਵਾਈ ਨਹੀਂ ਮਿਲੇ, ਅੱਜ ਕੱਤਕ ਦੀ ਪੂਰਨਮਾਸ਼ੀ ਹੈ, ਸਾਨੂੰ ਹਲਵਾਈ ਉਹ ਹੀ ਨਹੀਂ ਮਿਲਿਆ, ਹੋਰ ਪੁੱਛ। ਉਹ ਕਹਿੰਦਾ ਪਤੌੜੇ ਛਕਾ ਦਿਓ, ਪਕੌੜੇ ਹੀ ਛਕਾ ਦਿਓ, ਆਹ ਕਰ ਦਿਓ, ਮਗਲੇ ਚੂੜੇ ਕਰ ਰੱਖੇ ਪੁੱਜੇ ਪਏ ਨੇ ਉਹਨਾਂ ਦੇ। ਉਹ ਗੁਰਦੁਆਰੇ ਸਾਹਿਬ ਤੋਂ ਮਾਤਾ ਗੁਜਰੀ ਸਰੈਂ ਤੋਂ ਚੱਲਿਆ, ਭੁੱਖਾ ਹੀ ਚੱਲੇ, ਗਾਹਾਂ ਕਿਹਨੂੰ ਰਜਾ ਦੇਗਾ ਤੂੰ, ਗਾਹਾਂ ਰਜਾਵੇਂਗਾ ਕਿਹਨੂੰ? ਆ ਹਾਲ ਅੱਜ ਦੇਖਦੇ ਹਾਂ, ਆਨੰਦ ਕਾਰਜ ਵਾਲੇ ਗੱਡੀ ਲਿਆਓ ਜੀ, ਅੱਛਾ ਜੀ, ਇਹ ਤਾਂ ਬਾਜੇ ਰੱਖੋ, ਸਾਡੇ ਸਾਜ ਰੱਖੋ, ਕਿਰਾਇਆ ਦੱਸੋ, ਫਲਾਣਾ ਧਿਮਕਾ ਅਮਕਾ, ਬਸ
ਗਾਹਾਂ ਤੋੜ ਦਿੰਦੇ ਨੇ, ਉਹਨੇ ਤਾਂ ਆਨੰਦ ਕਾਰਜਾਂ 'ਤੇ ਨਹੀਂ ਪੈਸੇ ਲੱਗਣੇ। ਅੱਜ ਦਾ ਹਾਲ ਬਹੁਤ ਦੂਰ ਚਲਿਆ ਗਿਆ, ਉਹ ਤਾਂ ਸੱਚ ਕਾਲ ਸੱਚ ਕਹਿੰਦੇ ਹੁੰਦੇ, ਪੜ੍ਹਦੇ ਹੁੰਦੇ ਬਾਬਾ ਅੱਜ ਵਰਤਦੇ, ਅਸੀਂ ਅੱਖੀਂ ਦੇਖ ਰਹੇ ਹਾਂ ਅੱਜ। ਕਹਿੰਦਾ ਪਤੌੜ ਪਤੂੜ ਜੇ, ਮੈਂ ਕਿਹਾ ਐਂ ਕਰਦੇ ਇੱਥੋਂ ਹੀ, ਇੱਥੋਂ ਹੀ ਹੋਰ ਮੈਂ ਨਾ ਕੱਢ ਦਿੰਦਾ ਕੜਾਹੀ 'ਚ। ਉਹ ਲਾਂਗਰੀ ਨੂੰ ਇਹ ਕਹਿੰਦਾ, ਉਹ ਵੀ ਕੱਢ ਲੈਂਦਾ। ਮੈਂ ਕਿਹਾ ਹਲਵਾਈ ਰਿਹਾ ਆ ਹਾਲ ਅੱਜ ਮੇਰੇ ਵਰਗੇ ਕੀਰਤਨੀਆਂ ਦਾ ਹੋ ਰਿਹਾ। ਇਹਨਾਂ ਨੂੰ ਕਾਹਨੂੰ ਕਹਿਣਾ ਕੁਛ, ਆਹ ਕੁਛ ਹੈ ਵੀ ਕੋ ਬਣਾਇਆ ਬਣਾਇਆ ਵੀ ਹੈ ਵੀ, ਬੱਕਰਾ ਬਣਾਇਆ ਵੀ ਹੈ, ਹੋਣਾ ਝਟਕਾ ਬਣਾਇਆ ਵੀ ਹੈ, ਕੀ ਲਿਆ ਕੇ ਦੇ ਦੀਏ। ਉਹ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ, ਬਸ ਉੱਥੇ ਤੱਕ ਕੋਈ ਹੋਊਗਾ ਹੈ ਨਹੀਂ। ਮੇਰੇ ਉਸਤਾਦ ਦੀ ਧਾਰਨਾ ਮੈਂ ਫਿਰ ਯਾਦ ਕਰਦਾ, ਬਾਬ ਗਿਆਨੀ ਜੀ ਪ੍ਰੀਤਮ ਸਿੰਘ ਇੰਨਾ ਤਿਆਗ ਸਾਡੇ ਤੋਂ ਕਰਾ ਗਏ, ਮਸ਼ਕਤਾਂ ਕਾਲ ਵਾਲਾ ਇੱਕ ਜੀਵਨ ਉਹਨਾਂ ਦਾ ਸੀ, ਆਪ ਵੀ ਉਹ ਮਸ਼ਕਤਾਂ ਕਾਲ ਗਏ, ਨਹੀਂ ਪੈਸਾ ਲੈਂਦੇ ਸੀ ਕਿਸੇ ਤੋਂ। ਰੱਬ ਨੇ ਫਕੀਰ ਬਚਾਇਆ ਇੱਕ ਮਸਤਾਨਾ ਹੈ, ਰੱਬ ਨੇ ਫਕੀਰ ਬਚਾਇਆ ਵੱਡਾ ਮਸਤਾਨਾ ਹੈ। ਰੱਬ ਨੇ ਫਕੀਰ ਬਚਾਇਆ ਵਿੱਚ ਬਗਦਾਦ ਦੇ, ਰੱਬ ਨੇ ਫਕੀਰ ਬਚਾਇਆ ਵਿੱਚ ਬਗਦਾਦ ਸ਼ਹਿਰ ਦੇ, ਰੱਬ ਨੇ ਫਕੀਰ ਬਚਾਇਆ ਵੱਡਾ ਮਸਤਾਨਾ, ਰੱਬ ਨੇ ਫਕੀਰ ਬਚਾਇਆ ਵੱਡਾ ਮਸਤਾਨਾ ਗਏ। ਵਾਜਪੇ ਬੋਲਿਆ ਕਰੋ, ਰੱਬ ਨੇ ਫਕੀਰ ਬਚਾਇਆ ਇੱਕ ਇੱਥੇ, ਰੱਬ ਨੇ ਫਕੀਰ ਬਚਾਇਆ
ਦੇਖੇ ਧਿਆਨ ਲਗਾਏ ਕਰ। ਇੱਕ ਫਕੀਰ ਬੜਾ ਮਸਤਾਨਾ, ਦਸਤਗੀਰ ਪੀਰ ਨੇ ਉਹ ਗਿਣਿਆ ਪਿਆ ਸੀ। ਪੀਰ ਵੀ ਉਹ ਹੁੰਦਾ, ਮੈਂ ਤਲਵਾਰ ਦੇ ਵੇਲੇ ਦੀ ਗੱਲ ਕਰਦਾ, ਇੱਕ ਸੱਜਣ ਨੂੰ ਮੈਂ ਤੁਹਾਨੂੰ ਕਿਹਾ, ਪੀਰ ਕਹਿੰਦੇ ਕੀ ਇਹਨੂੰ ਨੇ, ਪੀਰ ਦਾ ਅਰਥ ਦਸ਼ਮੇਸ਼ ਜੀ ਨੇ ਵੀ ਵਰਣਨ ਕੀਤਾ, ਅਸ ਕਿਰਪਾਨ ਖੰਡੋ ਖੜ